ਸਤਿ ਸ਼੍ਰੀ ਅਕਾਲ ਜੀ, ਮਹੇਸ਼ਿੰਦਰ ਸਿੰਘ ਗਰੇਵਾਲ ਸਾਡੇ ਨਾਲ ਨੇ। ਗਰੇਵਾਲ ਸਾਹਿਬ, ਜਿਸ ਢੰਗ ਦੇ ਨਾਲ ਕੱਲ੍ਹ ਇੱਕ ਧੜਾ ਖੜਾ ਹੁੰਦਾ ਨਜ਼ਰ ਆਇਆ ਜਿਹੜਾ ਆਪਣੇ ਆਪ ਨੂੰ ਅਕਾਲੀ ਬਚਾਓ ਲਹਿਰ ਦਾ ਨਾਂ ਦਿੰਦਾ ਹੋਇਆ ਨਜ਼ਰ ਆਇਆ, ਉਹ ਕਹਿੰਦੇ ਅਕਾਲੀ ਦਲ ਨੂੰ ਬਚਾਉਣਾ ਅਤੇ ਪ੍ਰਧਾਨ ਨੂੰ ਅਸਤੀਫਾ ਦੇਣਾ। ਮੈਂ ਇੱਕ ਤੁਹਾਨੂੰ ਦੱਸਾਂ, ਅਕਾਲੀ ਦਲ ਤਾਂ ਬਚਿਆ ਹੀ ਹੋਇਆ ਹੈ। ਅਕਾਲੀ ਦਲ ਪੰਥ ਹੈ, ਪੰਥ ਨੂੰ ਕੋਈ ਮਾਰ ਨਹੀਂ ਸਕਦਾ, ਨਾ ਮਰੂਗਾ ਜੀ। ਉਹ ਅਕਾਲੀ ਦਲ ਨਾਗਪੁਰ ਹੈ, ਜਿਨ੍ਹਾਂ ਦਾ ਸਟੇਅਰਿੰਗ RSS ਕੋਲ ਹੈ, ਬ੍ਰੇਕਾਂ BJP ਕੋਲ ਹੈ, ਕੇਂਦਰ ਦੀ ਸਰਕਾਰ ਦੇ ਇਸ਼ਾਰਿਆਂ 'ਤੇ ਚੱਲ ਰਹੇ ਨੇ। ਸੁਖਬੀਰ ਸਿੰਘ ਨੂੰ ਬਹਾਨਾ ਬਣਾ ਕੇ ਉਹ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਆ, ਗੁਰਦੁਆਰਿਆਂ 'ਤੇ ਦਿੱਲੀ ਵਾਂਗੂ, ਪਟਨਾ ਸਾਹਿਬ ਵਾਂਗੂ, ਹਜ਼ੂਰ ਸਾਹਿਬ ਵਾਂਗੂ ਕਬਜ਼ਾ ਕਰਨਾ ਚਾਹੁੰਦੇ ਆ। ਨਹੀਂ ਹੋਣਾ, ਜਿਹੜਾ ਨਹੀਂ ਹੋਣਾ। ਲੇਕਿਨ ਸਾਰੇ ਇਕੱਠੇ ਹੋ ਗਏ, ਔਰ ਜਿਹੜੇ ਕਹਿੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਚੱਲਦੇ ਸੀ, ਉਹ ਸਾਰੇ ਲੀਡਰ ਉੱਥੇ ਇਕੱਠੇ ਹੋਏ। ਕਿੰਨੇ ਸਾਰੇ ਲੀਡਰ? ਮੈਨੂੰ ਚਾਰਾਂ ਨੂੰ ਸਾਰੇ ਲੀਡਰ ਕਹਿੰਦੇ ਹੋ? 26 ਜ਼ਿਲ੍ਹਾ ਜਥੇਦਾਰਾਂ 'ਚੋਂ 24 ਹਾਜ਼ਰ, 105 ਹਲਕਾ ਇੰਚਾਰਜਾਂ 'ਚੋਂ 95 ਹਾਜ਼ਰ, ਵਰਕਿੰਗ ਕਮੇਟੀ ਦੇ 83 ਮੈਂਬਰਾਂ 'ਚੋਂ ਜਿਹੜੇ ਮਰ ਗਏ ਜਾਂ ਜਿਹੜੇ ਪਾਰਟੀ ਛੱਡ ਗਏ, ਉਦੋਂ ਬਿਨਾਂ 99.9% ਅੱਜ ਹਾਜ਼ਰ। ਸਾਰੇ ਕਿੱਥੇ ਨੇ? ਦੇਖੋ, ਜਗੀਰ ਕੌਰ, ਜਗੀਰ ਕੌਰ, ਬੀਬੀ ਪ੍ਰੇਮ ਸਿੰਘ ਚੰਦੂਮਾਜਰਾ, ਰੱਖੜਾ ਸਾਹਿਬ, ਕਿੰਨੇ ਬਣ ਗਏ? ਇੱਕ ਇਨੋਵਾ ਕਾਰ ਦੀਆਂ ਸਵਾਰੀਆਂ ਨੇ ਇੱਥੇ, ਕਾਰਗੋ ਭਰ ਲਓ ਭਾਵੇਂ, ਸਾਰਾ ਪੰਥ ਕੜਾ ਹੈਗਾ। ਇੱਕ ਇਨੋਵਾ ਕਾਰ ਦੀਆਂ ਸਵਾਰੀਆਂ ਪੰਥਕ ਸ਼ਕਤੀ ਦੇ ਨਾਲ ਕੁਛ ਨਹੀਂ ਕਰ ਸਕਦੀਆਂ। ਇਹ ਅੱਜ ਨਹੀਂ, ਇਹ ਤਾਂ ਸਿੱਖ ਇਤਿਹਾਸ ਵਿੱਚ, ਅਕਾਲੀ ਇਤਿਹਾਸ ਵਿੱਚ ਗੁਰੂ ਸਾਹਿਬਾਨ ਤੋਂ ਚੱਲਦਾ ਆਇਆ। ਜਿੱਥੇ ਕੁਰਬਾਨੀ ਵਾਲੇ ਪੈਦਾ ਹੁੰਦੇ ਰਹੇ, ਉੱਥੇ ਦਗਾ ਦੇਣ ਵਾਲੇ ਵੀ ਹੁੰਦੇ ਰਹੇ। ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਲਾਲ ਸਿੰਘ, ਗੁਲਾਬ ਸਿੰਘ ਹੋਏ, ਸਾਰੀਆਂ ਰੂਹਾਂ ਤੁਰੀਆਂ ਫਿਰਦੀਆਂ ਨੇ, ਕਦੇ ਕਿਸੇ ਜਾ ਜਾਂਦੀਆਂ, ਕਦੇ ਕਿਸੇ ਜਾ ਜਾਂਦੀਆਂ। ਅਤੇ ਹੁਣ ਇਹਨਾਂ ਦੇ ਖਿਲਾਫ਼ ਕੋਈ ਐਕਸ਼ਨ ਹੋਊਗਾ? ਕਿਆ ਮਤਾ ਲੈ ਰਹੇ ਹੋ? ਐਕਸ਼ਨ ਤਾਂ ਮਤਾ ਅਸੀਂ ਕਾਹਦੇ ਲਈ ਪਾਉਣਾ ਜੀ? ਮਰੇ ਨੂੰ ਨਹੀਂ ਮਾਰੀਦਾ ਹੁੰਦਾ, ਲੜਾਈ ਜਿੰਦਿਆਂ ਨਾਲ ਹੁੰਦੀ ਹੈ। ਲੜਾਈ ਸਾਡੀ ਜਿਨ੍ਹਾਂ ਨੇ RSS ਕੋਲ, ਜਿਨ੍ਹਾਂ ਕੋਲ ਸਟ੍ਰਿੰਗ ਆ, ਉਹਨਾਂ ਨਾਲ, ਇਹਨਾਂ ਨਾਲ ਕਾਹਦੀ ਹੈ? ਇਹ ਤਾਂ ਵਿਚਾਰੇ ਉਹਨਾਂ ਮੋਇਆਂ ਕਾ ਕਿ ਮਾਰਨਾ ਜੋ ਆਪ ਮਾਰੇ, ਗੋਬਿੰਦ ਬਾਣੀ ਕਹਿੰਦੀ ਹੈ। ਜਿਹੜੇ ਸਿਧਾਂਤਕ ਤੌਰ 'ਤੇ ਮਰ ਗਏ, ਖਤਮ ਹੋ ਗਈ ਗੱਲ। ਲੇਕਿਨ ਗੱਲਾਂ ਆ ਗਈਆਂ ਕਿ ਹੁਣ ਪ੍ਰਧਾਨਗੀ ਦੀ ਕੁਰਸੀ 'ਤੇ ਕਬਜ਼ਾ ਹੋਊਗਾ, ਕਹਿੰਦੇ ਕਬਜ਼ਿਆਂ ਦੀ ਗੱਲਾਂ ਹੋਣ ਲੱਗ ਗਈਆਂ, ਕਹਿੰਦੇ ਖਾਨਾ ਜੰਗੀ ਸ਼ੁਰੂ ਹੋ ਗਈ ਅਕਾਲੀ ਦਲ ਦੇ। ਖਾਨਾ ਜੰਗੀ ਨਹੀਂ, ਖਾਨਾ ਆ ਪਰਿਵਾਰ ਇਕੱਠਾ ਬੈਠਾ। ਮੇਰੀ ਗੱਲ ਸੁਣੋ, ਇਹਦੇ ਨਾਲ ਖਾਨਾ ਜੰਗੀ ਹੋ ਗਈ? ਜੇ ਇੱਕ ਬੰਦਾ ਇਕੱਲਾ ਉੱਠ ਕੇ ਕਹੇ ਕਿ ਮੇਰੇ ਲੱਤ ਨਾਲ ਪੰਜਾਬ ਬੰਨਿਆ ਹੋਇਆ ਭੁਲੇਖਾ ਹੈ। ਅਸਲ ਮਨਸ਼ਾ ਕੀ ਮੰਨਦੇ ਉਹਨਾਂ ਦੀ? ਅਸਲ ਮਨਸ਼ਾ ਕੁਛ ਨਹੀਂ ਜੀ, ਪ੍ਰੋਬਲਮ ਇਹ ਸੀਗੀ ਕਿ ਉਹ ਸੋਚਦੇ ਸੀ ਅਸੀਂ ਜਿੱਤ ਜਾਂਗੇ, ਫਿਰ ਉੱਥੇ ਜਾ ਕੇ ਮੋਦੀ ਸਾਹਿਬ ਨੂੰ ਵੋਟ ਪਾ ਦਾਂਗੇ, ਰਾਜ ਮੰਤਰੀ ਬਣ ਜਾਂਗੇ। ਉਹ ਨਹੀਂ ਬਣੇ, ਉਹ ਸ਼ੇਖ ਚਿੱਲੀ ਵਾਂਗੂ ਘੜਾ ਡਿੱਗ ਪਿਆ, ਟੁੱਟ ਗਿਆ ਸਾਰਾ, ਕੁਵਾਰੇ ਦਾ ਕੁਵਾਰਾ ਰਹਿ ਗਿਆ, ਹੋਰ ਕੋਈ ਗੱਲ ਨਹੀਂ। ਤੁਸੀਂ ਕੀ ਹਾਰ ਦੇ ਕਾਰਨ ਮੰਨਦੇ ਹੋ? 2017 ਤੋਂ ਲਗਾਤਾਰ ਜਿਹੜੀ ਹਾਰ ਹੋ ਰਹੀ ਹੈ, ਉਸਦੇ ਕੀ ਕਾਰਨ? ਹਾਰ ਦਾ ਕਾਰਨ, ਹਾਰ ਪਹਿਲੀ ਗੱਲ, ਤੁਸੀਂ ਹਾਰ ਤੇ ਜਿੱਤ ਦੇ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? 2022 ਵਿੱਚ ਸ਼੍ਰੋਮਣੀ ਅਕਾਲੀ ਦਲ ਕੋਲ 3 ਅਸੈਂਬਲੀ ਸੀਟਾਂ ਸੀ, ਹੁਣ ਸ਼੍ਰੋਮਣੀ ਅਕਾਲੀ ਨੇ 10 ਅਕਾਲੀ ਸੀਟਾਂ 'ਤੇ ਲੀਡ ਕੀਤੀ ਹੈ, ਕਬਜ਼ਾ ਕੀਤਾ, ਠੀਕ ਹੈ ਨਾ? ਇਹਨੂੰ ਹਾਰ ਕੇ ਜਿੱਤ ਕਹੋਗੇ? ਪਾਰਲੀਮੈਂਟ ਦੀ ਚੋਣ ਵਿੱਚ 10 ਸੀਟਾਂ ਆਈਆਂ ਨੇ ਸ਼੍ਰੋਮਣੀ ਅਕਾਲੀ ਦਲ ਕੋਲ, 3 times more ਹਾਰ ਉਹਨਾਂ ਦੀ ਹੋਈ ਹੈ ਜਿਹੜੇ 93 ਤੋਂ 33 'ਤੇ ਆਏ ਨੇ, ਹੈ ਜੀ। ਹਾਰ ਸਾਨੂੰ ਕਹੀ ਜਾਂਦੇ ਆ। ਦੇਖੋ ਗੱਲ ਕੀ ਹੁੰਦੀ ਹੈ, ਆਖਰ ਵਿੱਚ ਜਿਹੜਾ ਵੋਟ ਕਨਵਰਸ਼ਨ ਆ, ਲਾਸਟ 2 days ਹੋਈ, ਇਸ਼ੂ ਬਣ ਗਈ ਮੋਦੀ ਅਗੇਂਸਟ ਮੋਦੀ। ਅਗੇਂਸਟ ਮੋਦੀ ਵਾਲੇ ਸਾਨੂੰ ਇਸ ਗੱਲ 'ਤੇ ਸ਼ੱਕ 'ਚ ਮਾਰੇ ਗਏ ਕਿ ਇਹ ਜਿੱਤ ਗਏ ਤਾਂ ਵੀ ਉੱਧਰ ਜਾਣਾ, ਅਤੇ ਅੱਜ ਉਹ ਗੱਲ ਸਾਬਤ ਕਰਤੀ ਇਹਨਾਂ ਨੇ ਕਿ ਜੇ ਜਿੱਤ ਜਾਂਦੇ ਉੱਧਰ ਖੜਦੇ। ਲੇਕਿਨ ਗਰੇਵਾਲ ਸਾਹਿਬ, ਉਹਨਾਂ ਨੇ ਮਸਲਾ ਬਣਾਇਆ ਸਰਕਾਰ ਦੇ ਸਮੇਂ ਦਾ, ਜਦੋਂ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਸੀ, ਕਹਿੰਦੇ ਉਸ ਸਮਾਂ ਜਿਹੜੇ ਫੈਸਲੇ ਹੋਏ ਸੀ, ਬਰਗਾੜੀ ਦਾ ਇਸ਼ੂ ਉਹ ਕਹਿੰਦੇ ਨਜ਼ਰ ਆਇਆ, ਉਸ ਤੋਂ ਬਾਅਦ ਸੋਧਾ ਸਾਹਿਬ ਨੂੰ ਜਿਹੜੀ ਮਾਫ਼ੀ ਮੰਗਾਈ ਹੈ, ਉਹ ਮਸਲੇ, ਕਹਿੰਦੇ ਉਹ ਜ਼ਿੰਮੇਦਾਰ ਨੇ ਔਰ ਸੁਖਬੀਰ ਸਿੰਘ ਬਾਦਲ ਜ਼ਿੰਮੇਦਾਰ ਨੇ। ਪਹਿਲੀ ਗੱਲ, ਪਹਿਲਾ ਹੈ ਮੇਰਾ ਜਵਾਬ, 15 'ਚ ਵਾਕਿਆ ਹੋਇਆ, 17, 19, 22, 24
5 ਇਲੈਕਸ਼ਨਾਂ ਕਿਉਂ ਲੜੇ ਸੁਖਬੀਰ ਸਿੰਘ ਬਾਦਲ ਤੋਂ ਟਿਕਟਾਂ ਲੈ ਕੇ? ਜੇ 15 ਵਾਲਾ ਮਸਲਾ ਸੀ 17 ਛੱਡ ਦੇ, ਅਸੀਂ ਵੈਲਕਮ ਕਰਦੇ। 17 'ਚ ਪਰਮਿੰਦਰ ਸਿੰਘ ਢੀਂਡਸਾ MLA ਬਣੇ ਟਿਕਟ ਲੈ ਕੇ, 19 ਦੀ ਪਾਰਲੀਮੈਂਟ ਲੜੇ, 22 ਦੀ ਆਪਣਾ 19 ਦੀ 17 ਦੀ ਅਸੈਂਬਲੀ ਇਲੈਕਸ਼ਨ ਤੋਂ ਬਾਅਦ ਜਿੱਤਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਗਏ, ਉਹਨਾਂ ਨੇ ਕਿਹਾ ਤੂੰ ਸਾਧ ਦੀ ਡੇਰੇ ਵਾਲੇ ਦੀਆਂ ਵੋਟਾਂ ਲਈਆਂ? ਉਹ ਕਹਿੰਦਾ ਲਈਆਂ, ਮੈਂ ਉਹਦੇ ਕੋਲ ਗਿਆ ਸੀ ਮਾਫ਼ੀ ਮੰਗੀ। ਸੁਖਬੀਰ ਸਿੰਘ ਤਾਂ ਨਹੀਂ ਗਿਆ, ਨਾ ਸੁਖਬੀਰ ਸਿੰਘ ਨੂੰ ਉਦੋਂ ਅਕਾਲ ਤਖ਼ਤ ਨੇ ਬੁਲਾਇਆ। ਜਿਹੜੇ 11 ਅਕਾਲੀ ਬੁਲਾਏ ਸੀ ਉਹਨਾਂ ਸੁਖਬੀਰ ਸਿੰਘ ਦਾ ਨਾਂ ਨਹੀਂ ਸੀ, ਉਹਨਾਂ 'ਚ ਜੀਤਮਿੰਦਰ ਹੋਇਆ, ਪਰਮਿੰਦਰ ਹੋਇਆ ਜਾਂ ਮਲੂਕਾ ਸਾਹਿਬ ਹੋਏ, ਉਹ ਸੀਗੇ, ਅਸੀਂ ਤਾਂ ਨਹੀਂ ਸੀਗੇ ਨਾ। ਜਿਹੜੇ ਅੱਜ ਇੱਧਰ ਅਕਾਲੀ ਦਲ ਖੜ੍ਹਾ, ਇਹਨਾਂ 'ਚ ਤਾਂ ਸਾਧ ਦਾ ਕੋਈ ਦੁੱਖ ਨਹੀਂ ਸੀ ਗਿਆ। ਜਿਹੜੇ ਨਾਲੇ ਆਪ ਚੋਰ ਕਰਨ, ਨਾਲੇ ਦੂਜਿਆਂ ਨੂੰ ਚੋਰ ਕਹਿਣੇ ਨਹੀਂ ਹੋਣਾ। ਹੁਣ ਫਿਰ ਚੱਲੇ ਨੇ ਅਕਾਲ ਤਖ਼ਤ ਸਾਹਿਬ, ਦੇਖੋ ਅਕਾਲ ਤਖ਼ਤ ਸਾਹਿਬ 'ਚ ਕੋਈ ਵੀ ਜਾ ਸਕਦਾ, ਜੰਮ ਜਾਣ ਜਾਣ ਉਹਨਾਂ ਦੇ ਅੰਦਰ, ਉਹਨਾਂ ਨੂੰ ਪਾਪ ਸਤਾਉਣਾ ਜਾਣਾ ਚਾਹੀਦਾ। ਮੈਂ ਤਾਂ ਕਹਿੰਦਾ ਰੋਜ਼ ਜਾਣਾ ਚਾਹੀਦਾ ਜਿਹੜਾ ਜਾ ਸਕਦਾ, ਉਹ ਜਾਣਾ। ਉਹਨਾਂ ਦੇ ਅੰਦਰ ਦਾ ਕਿਹੜਾ ਪਾਪ ਹੈ ਉਹ ਇਹ ਦੱਸਣਗੇ ਨਾ। ਸੋਕਤ ਡਰੇ ਜੋ ਪਾਪ ਕਹਾਂ, ਮੈਂ ਅਕਾਲ ਤਖ਼ਤ ਜਾ ਜਾਂਦਾ ਸ਼ਰਧਾ ਭੇਟ ਕਰਨ ਜਾਂਦਾ। ਉਹ ਕਹਿੰਦੇ ਸਾਨੂੰ, ਅਸੀਂ ਗੁਨਾਹ ਮੰਨਿਆ, ਪਹਿਲਾਂ ਦੱਸਣ ਲੋਕਾਂ ਨੂੰ ਗੁਨਾਹ ਕੀ ਕੀਤਾ। ਮੈਂ ਕਹਿੰਦਾ ਸਾਫ਼ ਰਾਜਨੀਤੀ ਕਰਨ ਕਿਸੇ ਦੇ ਚਿੱਕੜ ਉਠਾਉਣ ਤੋਂ ਪਹਿਲਾਂ। ਸਭ ਤੋਂ ਪਹਿਲਾਂ ਜਦ ਇਹ ਰਾਜਨੀਤੀ 'ਚ ਆਏ ਨਾ ਸਾਰੇ, ਆਪਣੇ ਉਦੋਂ ਦੀ ਪ੍ਰੋਪਰਟੀ ਦੇ ਦੇਣ ਡਿਟੇਲ, ਅਤੇ ਅੱਜ ਦੀ ਦੇ ਦੇਣ, ਫਿਰ ਉਦੋਂ ਬਾਅਦ ਜਿਹੜੇ ਮਰਜ਼ੀ ਥਾਂ 'ਤੇ ਮਾਫ਼ੀ ਮੰਗੇ ਹੋਣ ਜਾ ਕੇ। ਚਲੋ ਵੱਡੀ ਗੱਲ ਆਖਤੀ ਹੈ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਕਿ ਪਹਿਲਾਂ ਆਪਣੀ ਪ੍ਰੋਪਰਟੀ ਦੇ ਵੇਰਵੇ ਦੇ ਦੇਣ, ਜਦੋਂ ਦੇ ਰਾਜਨੀਤੀ ਦੇ ਵਿੱਚ ਆਏ ਨੇ ਕਿ ਕਿੰਨੀਆਂ ਪ੍ਰੋਪਰਟੀਆਂ ਇਹਨਾਂ ਦੀ ਵਧੀਆਂ ਨੇ, ਯਾਨੀ ਐਲੀਗੇਸ਼ਨ ਲਾਏ ਨੇ ਵੱਡੇ। ਵੇਖਣ ਵਾਲੀ ਗੱਲ ਰਹਿ ਗਈ ਐਲੀਗੇਸ਼ਨਾਂ ਦਾ ਜਵਾਬ ਆਬਾਗੀ ਧੜਾ ਕਿਸ ਢੰਗ ਦੇ ਨਾਲ ਦਿੰਦਾ ਨਜ਼ਰ ਆਉਂਦਾ ਹੈ। ਕੈਮਰਾ ਪਰਸਨ ਗਣੇਸ਼ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ TV, ਚੰਡੀਗੜ੍ਹ। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।